ਸੋ ਸ਼੍ਰੀ ਗੁਰੂ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦਿਲਚਸਪ ਲਰਨਿੰਗ ਪੁਆਇੰਟ ਦੇ ਉੱਪਰ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਇੱਕ ਵੈਕੈਂਸੀ ਦੀ ਗੱਲ ਕਰਾਂਗੇ ਜੋ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਕੱਢੀ ਗਈ ਹੈ ਸੋ ਇਹ ਨੌਕਰੀ ਜਿਹੜੀ ਹੈ ਬਿਲਕੁਲ ਕੱਲ ਹੀ ਜਿਹੜੀ ਹੈ ਉਹ ਇਸ ਦਾ ਇਸ਼ਤਿਹਾਰ ਜਾਰੀ ਹੋਇਆ ਹੈ ਇਹ ਪਬਲਿਕ ਨੋਟਿਸ ਜਿਹੜਾ ਜਾਰੀ ਹੋਇਆ ਹੈ ਆਓ ਇਸ ਸਾਰੇ ਨੋਟਿਸ ਤੇ ਝਾਤੀ ਮਾਰਦੇ ਹਾਂ ਇੱਥੇ ਮੈਂ ਦੱਸ ਦੇਣਾ ਚਾਹਣਾ ਕਿ ਇੱਥੇ ਕੋਈ ਪੇਪਰ ਨਹੀਂ ਹੋਏਗਾ ਜੀ ਦੇਰ ਇਜ਼ ਨੋ ਪੇਪਰ ਫੋਰ ਦਿਸ ਐਗਜ਼ਾਮ ਕੋਈ ਪੇਪਰ ਨਹੀਂ ਹੈ ਜੀ ਇਸ ਐਗਜ਼ਾਮ ਦੇ ਲਈ ਸੋ ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਇਨਵਾਈਟਸ ਐਲੀਜੀਬਲ ਕੈਂਡੀਡੇਟਸ ਐਲੀਜੀਬਲ ਕੈਂਡੀਡੇਟਸ ਨੂੰ ਬੁਲਾਉਣਾ ਚਾਹੁੰਦੀ ਹੈ ਹੁਣ ਐਲੀਜੀਬਲ ਕੈਂਡੀਡੇਟ ਕੌਣ ਹੋਣਗੇ ਉਹ ਦੱਸਾਂਗੇ ਜੀ ਫੋਰ ਡਾਕੂਮੈਂਟ ਵੈਰੀਫਿਕੇਸ਼ਨ ਆਫ ਦਾ ਫੋਲੋਇੰਗ ਪੋਸਟ ਸਿੱਧੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਜੀ ਐਟ ਫੈਰੀਫਰਲ ਯੂਨਿਟਸ ਆਫ ਪੀਐਸਏਸੀਐਸ ਪਿਓਰਲੀ ਔਨ ਕੰਟੈਕਟ ਕੰਟਰੈਕਟ ਬੇਸਡ ਜਿਹੜੀ ਜੋਬ ਹੋਏਗੀ ਜੀ the interested candidates who fulfill the eligibility conditions and other criteria may appear in the office office de vich poncho the schedule given below schedule ditta gaya ji reporting time hai subhare 9:00 baje to leke 10:00 baje tak da total 13 vacancies ne ji te preference kinna nu ditti jayegi oh dekhde je first preference jehdi hegi je oh hai ji post graduate degree ya diploma hove tuhan da psychology de vich ਜਿਵੇਂ ਐਮ ਐ ਸਾਈਕੋਲੋਜੀ ਕੀਤੀ ਹੋਵੇ ਜਾਂ ਤਾਂ ਸੋਸ਼ਲ ਵਰਕ ਚ ਕੀਤੀ ਹੋਵੇ ਸੋਸ਼ੀਓਲੋਜੀ ਚ ਐਂਥਰੋਪੋਲੋਜੀ ਚ ਜਾਂ ਹਿਊਮਨ ਡਿਵੈਲਪਮੈਂਟ ਚ ਜਾਂ ਨਰਸਿੰਗ ਚ ਜਾਂ ਡਿਪਲੋਮਾ ਕੀਤੇ ਹੋਣ ਇੰਨਾ ਸਾਰਿਆਂ ਦੇ ਵਿੱਚ ਤੇ 1 ਸਾਲ ਦਾ ਐਕਸਪੀਰੀਅੰਸ ਹੋਵੇ ਆਫਟਰ ਪੀਜੀ ਡਿਗਰੀ ਜਾਂ ਡਿਪਲੋਮਾ ਤੇ ਤੁਹਾਡੇ ਠੀਕ ਹੈ ਜੀ ਸੈਕੰਡ ਪ੍ਰੀਫਰੈਂਸ ਉਹਨਾਂ ਨੂੰ ਹੈ ਜਿਹੜੇ ਗ੍ਰੈਜੂਏਟ ਨੇ ਡਿਗਰੀ ਡਿਪਲੋਮਾ ਹੈ ਸਾਈਕੋਲੋਜੀ ਸੋਸ਼ਲ ਵਰਕਸ ਸੋਲਜੀ ਐਂਥਰੋਪੋਲੋਜੀ ਹਿਊਮਨ ਡਿਵੈਲਪਮੈਂਟ ਤੇ 1 ਸਾਲ ਦਾ ਐਕਸਪੀਰੀਅੰਸ ਹੋਵੇ ਆਫਟਰ ਗ੍ਰੈਜੂਏਸ਼ਨ qualified and competent plhiv people living with hiv aids if available as per above mentioned qualification should be given preference while appointing counselor matlab agar koi people hage ne jinna nu hiv aids lagi hai oh bhi apply kar sakde ne itthe specially so pata eh hai ji punjab state aids control society prayas building level 4 sector 38b chandigarh itthe jdi tade interview hovegi ਇੰਟਰਵਿਊ ਦੀ ਤਰੀਕ ਹੈ ਜਿਨ੍ਹਾਂ ਨੇ ਤਾਂ ਪੋਸਟ ਗ੍ਰੈਜੂਏਟ ਡਿਗਰੀ ਹੈਗੀ ਹੈ ਜੀ ਉਹ ਸਾਰੇ ਕੈਂਡੀਡੇਟ 7 ਅਗਸਤ ਨੂੰ ਪਹੁੰਚਣਗੇ ਜਿਨ੍ਹਾਂ ਕੋਲ ਡਿਗਰੀ ਜਾਂ ਡਿਪਲੋਮਾ ਹੈ ਜਿਨ੍ਹਾਂ ਦੇ 70% ਤੋਂ ਉੱਤੇ ਨੇ ਉਹ 10 ਨੂੰ ਪਹੁੰਚਣਗੇ ਜਿਨ੍ਹਾਂ ਦੇ 60 ਤੋਂ 70% ਦੇ ਵਿਚਾਲੇ ਹੈ 11 ਅਗਸਤ ਨੂੰ ਪਹੁੰਚਣਗੇ ਜਿਨ੍ਹਾਂ ਦੇ 60% ਤੋਂ ਨੀਚੇ ਨੇ ਉਹ 13 ਅਗਸਤ ਨੂੰ ਪਹੁੰਚਣਗੇ ਸੋ ਇਸ ਤਰੀਕੇ ਨਾਲ ਹੈ ਜੀ ਸਾਰਾ ਉਸ ਤੋਂ ਬਾਅਦ ਹੈ ਜੀ ਮੈਕਸਿਮਮ ਏਜ ਲਿਮਿਟ ਹੈ ਜੀ ਇਹਦੇ ਵਿੱਚ 60 ਸਾਲ ਲੱਗਣ ਦੀ ਦੋ ਪਾਸਪੋਰਟ ਸਾਈਜ਼ ਫੋਟੋ ਤੁਸੀਂ ਲੈ ਕੇ ਜਾਣੀਆਂ ਨੇ ਕਵੈਲੀਫਿਕੇਸ਼ਨ ਐਕਸਪੀਰੀਅੰਸ ਪੰਜਾਬੀ ਪੜ੍ਹੀ ਹੋਣੀ ਚਾਹੀਦੀ 10ਵੀਂ ਤੱਕ ਕੈਟਾਗਰੀ ਦਾ ਸਰਟੀਫਿਕੇਟ ਏਜ ਪ੍ਰੂਫ ਇੱਕ ਸੈਲਫ ਅਟੈਸਟਡ ਫੋਟੋ ਹਰੇਕ ਡਾਕੂਮੈਂਟ ਤੇ ਲੱਗੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ ਪੰਜਾਬੀ 10ਵੀਂ ਤੱਕ ਪਾਸ ਕੀਤੀ ਹੋਵੇ ਡਿਗਰੀ ਡਿਪਲੋਮਾ ਤੁਹਾਡਾ ਯੂਨੀਵਰਸਿਟੀ ਤੋਂ ਹੋਣਾ ਚਾਹੀਦਾ ਜਿਹੜੀਆਂ ਯੂਜੀਸੀ ਡੈਂਡਰ ਹੋਣ ਔਰ ਤੁਸੀਂ ਪ੍ਰੋਪਰ ਟਾਈਮ ਦੇ ਉੱਤੇ ਪਹੁੰਚਣਾ ਹੈ ਜੋ ਵੀ ਡਿਸੀਜਨ ਹੋਏਗਾ ਲਾਸਟ ਡਿਸੀਜਨ ਉਹਨਾਂ ਦਾ ਹੀ ਹੋਏਗਾ ਕੋਈ ਵੀ ਪੋਸਟ ਜਿਹੜੀ ਕਟਾਈ ਵਿਦਾਈ ਜਾ ਸਕਦੀ ਹੈ candidate will not be paid any TADA for attending Thus, दे दे the ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਇਸ ਇੰਟਰਵਿਊ ਤੇ ਆਉਣ ਦੇ ਲਈ ਤੇ modifies entire requirement process at any stage without issuing any notice ਜਿਹੜੀ ਇਹ ਪੋਸਟ ਜਿਹੜੀ ਹੈ ਇਸ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਵਾਅਦਾ ਕਟਾ ਕਿਸੇ ਵੀ ਤਰ੍ਹਾਂ ਦਾ ਬਦਲਾਅ ਜਿਹੜਾ ਕੀਤਾ ਜਾ ਸਕਦਾ ਪ੍ਰੋਜੈਕਟ ਦੇ ਡਾਇਰੈਕਟਰ ਦੁਆਰਾ ਸੋ ਇਹ ਸੀ ਜੀ ਸਾਰੀ ਦੀ ਸਾਰੀ ਜਾਣਕਾਰੀ ਔਰ ਤੁਹਾਨੂੰ ਪ੍ਰੋਪਰ ਪਤਾ ਲੱਗ ਗਿਆ ਕਿ ਡਿਗਰੀਆਂ ਇਹ ਨੇ ਸਿੱਧੀ ਵਰਕਿੰਗ ਇਨ ਇੰਟਰਵਿਊ ਹੈ ਤੁਸੀਂ ਕਿਤੇ ਕੁਝ ਨਹੀਂ ਕਰਨਾ ਬਸ ਉੱਥੇ ਆਪਣੇ ਡਾਕੂਮੈਂਟਸ ਲੈ ਕੇ ਪਹੁੰਚਣਾ ਹੈ ਉੱਥੇ ਜਿੰਨੇ ਵੀ ਲੋਕ ਪਹੁੰਚਣਗੇ بس ਉਹਨਾਂ ਦੇ ਇੰਟਰਵਿਊ ਲੈ ਲਿਤੀ ਜਾਏਗੀ ਤੁਸੀਂ ਆਪਣੇ ਅਕੋਰਡਿੰਗਲੀ ਇੱਥੇ ਚੀਜ਼ਾਂ ਦੇਖ ਲੈਣੀਆਂ ਨੇ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਜਾਂਦੇ ਹੋ ਔਰ ਇੱਥੋਂ ਦੀ ਆਪਣੇ ਨੰਬਰਸ ਅਕੋਰਡਿੰਗਲੀ ਤੁਸੀਂ ਇਹਨਾਂ ਤਰੀਕਾ ਨੂੰ ਉੱਥੇ ਪਹੁੰਚ ਜਾਣਾ ਹੈ ਸਵੇਰੇ 9 ਵਜੇ ਰਿਪੋਰਟਿੰਗ ਟਾਈਮ ਤੇ ਸੋ ਇਹ ਸੀ ਜੀ ਜੋਬ ਇਹ ਸੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਹੈ ਜਰੂਰ ਇਸ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤਨਖਾਹ ਜਿਹੜੀ ਹੈ ਉਹ 9200 ਰੁਪਏ ਪਰ ਮੰਥ ਹੋਏਗੀ ਉਸ ਤੋਂ ਬਾਅਦ ਜਿਵੇਂ ਤਨਖਾਹ ਵਧਣੀ ਸ਼ੁਰੂ ਹੋ ਜਾਂਦੀ ਹੈ 3 ਸਾਲ ਦੇ ਪ੍ਰੋਬੇਸ਼ਨ ਤੋਂ ਬਾਅਦ ਸੋ ਇਹ ਜੀ ਸਾਰੀ ਦੀ ਸਾਰੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨਾਲ ਜੁੜੇ ਰਹੋ ਚੈਨਲ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਧੰਨਵਾਦ ਥੈਂਕ ਯੂ ਵੈਰੀ ਮੱਚ ਧੰਨਵਾਦ